हाँ जी भी जी सारे वीर सत श्रीकाल जी, संदीप डेयरी फार्म तुहाडा बहुत बहुत वेलकम है जी। अज दी वीर जी अपनी विजिट हैगी आ चाटी पिंड नहर जी, जिला अमृतसर पैंदे जी, तहसील भी अमृतसर पैंदी जी। इन्हां नूं इन्हें वीरों अगे बहुत सारे वीडियो बनाईआं जी, बहुत ही घट रेट वाली गावां हुंदे वीरों कोल जी, ते चंगे दुद्ध रिकॉर्ड आ रहे आ। अज फिर ने कुछ सेल है जी गाईआं, हुण बाई ने गलबात करांगे जी की प्राइज ते की मिलक रिकॉर्ड आ। उस तो पहले रिक्वेस्ट करांगे कि जिहड़े वीर अपने पहली वीडियो वेख रहे, रिक्वेस्ट है कि अपने चैनल सबसक्राइब करन दी ते घंटे दा बटन जरूर दबाउण तां कि तुहानूं नवीं वीडियो आ सके। वीर जी एक होर रिक्वेस्ट आ, जो कोई वीर आया पूरे तसली करके लिया, चॉइस करके लैके जाए एक दो टाइम, ठीक है जी। रेट उन्होंने कहना जिन्ना तुहानूं रेट लाओ तुसीं उन्ना रेट लाओ, ते आज पास करके जरूर लिया, चॉइस जरूर करो, ठीक है जी। हुण बाई जी नूं आपां गल्लबात करते, ठीक है जी। हाँ जी बाई जी सत श्री अकाल जी। सत श्री अकाल जी ਬਾਜੀ, ਪਹਿਲੇ ਤੁਸੀਂ ਐਡਰੈਸ ਬੋਲੇ ਗਏ। ਐਡਰੈਸ ਆਪਣਾ ਹੈ ਜ਼ਿਲ੍ਹਾ ਅੰਬਰਸਰ। ਹਾਂਜੀ। ਤਹਿਸੀਲ ਅੰਬਰਸਰ। ਠੀਕ ਹੈ ਜੀ। ਚਾਟੀ ਪਿੰਡ ਨਹਿਰ ਤਰਨਤਾਰਨ ਰੋਡ। ਠੀਕ ਹੈ ਜੀ। ਕੋਟ ਮਿੱਤ ਸਿੰਘ ਗਲੀ ਨੰਬਰ 3। ਠੀਕ ਹੈ ਜੀ। ਬ੍ਰਿਜ ਫਰਾਈਓਵਰ ਦੇ ਥੱਲੇ ਆ ਜੀ। ਹਾਂਜੀ। ਨਾਮ ਮੇਰਾ ਸੁਖ ਸੰਧੂ ਆ ਜੀ। ਹਾਂਜੀ ਹਾਂਜੀ। ਮੋਬਾਈਲ ਨੰਬਰ ਆ 8146 46 46 72। ਹਾਂਜੀ ਇੱਕ ਵਾਰੀ ਵੀ ਜੀ ਫਿਰ ਬੋਲੋ। 8146 46 42 ਇਹੀ ਨੰਬਰ ਤੇ WhatsApp ਚੱਲਦਾ। ਇਹੀ ਨੰਬਰ ਤੇ WhatsApp ਚੱਲਦਾ ਜੀ। ਤੇ ਵੀ ਜੀ ਇੱਕ ਗੱਲ ਪੁੱਛਦੇ ਵੇ, ਤੁਹਾਨੂੰ ਜਦੋਂ ਆਪਾਂ ਸ਼ੁਰੂ ਕੀਤਾ ਜੀ, ਹਾਂਜੀ ਹਾਂਜੀ, ਕਿੰਨਾ ਕੁ ਰਿਸਪੌਂਸ ਮਿਲਿਆ ਤੁਹਾਨੂੰ? ਨਹੀਂ ਰਿਸਪੌਂਸ ਬਹੁਤ ਵਧੀਆ ਜੀ। ਬਹੁਤ ਵਧੀਆ। ਹਾਂਜੀ ਹਾਂਜੀ। ਮਨੀ ਚੰਗੇ ਆਪਣੇ ਐਨੀਮਲ ਖਰੀਦ, ਐਨੀਮਲ ਵੇਖਦੇ ਆ, ਚੰਗੀ ਸੇਲ ਪਰਚੇਸ ਆ ਜੀ। ਆਪਣਾ ਉਹ ਕੰਮ ਨਹੀਂ ਆ ਵੀ ਜ਼ਿਆਦਾ ਮੁਨਾਫਾ ਨਹੀਂ, ਆਪਾਂ ਥੋੜੀ ਪਤਲੀ ਕਮਾਈ ਰੱਖੀ ਆ ਜੀ। ਹਾਂ ਜਾਇਜ਼ ਜਾਇਜ਼, ਬਿਲਕੁਲ ਜਾਇਜ਼ ਜੀ। ਇਹ ਕਿੰਨੇ ਕੀ ਕਮਾਈ ਜੇ 3000 5000 ਕਿੰਨੀ ਕਰਦੇ ਜੀ? ਨਹੀਂ ਇੱਕ ਡੰਗਰ ਜੋ ਜੀ ਆਪਾਂ ਨੂੰ 1500 ਬਚ ਜਾਵੇ ਲੱਗਦਾ, ਆਪਾਂ ਨੂੰ ਉਹਨਾਂ ਹੀ ਬਹੁਤ ਹੈ ਜੀ। ਠੀਕ ਹੈ ਜੀ। ਕੋਈ ਜ਼ਿਆਦਾ ਨਹੀਂ ਆਪਾਂ ਨੂੰ, 4000 5000 ਵਾਲਾ ਨਹੀਂ ਆਪਾਂ। ਹਾਂਜੀ ਹਾਂ, 1500 ਇੱਕ ਡੰਗਰ ਤੋਂ ਬਾਜੇ ਲੱਗਦਾ ਆਪਾਂ ਨੂੰ ਉਹ ਜੀ। ਠੀਕ ਹੈ, ਵਧੀਆ ਕੰਮ ਕਰਦੇ। ਹਾਂਜੀ ਵਧੀਆ ਸੁਥਰਾ ਜੀ, ਜਿੱਦਾਂ ਦੇ ਕੋਈ ਆਵੇ ਵੀਰ ਆਪਣਾ ਇੱਥੇ 2 ਟਾਈਮ 3 ਟਾਈਮ ਤਸੱਲੀ ਕਰੇ, ਤਸੱਲੀ ਕਰੇ। ਠੀਕ ਹੈ, ਮੇਰੇ ਕਿੱਲੇ ਤੇ ਭਾਵੇਂ ਕੋਈ 4 ਟਾਈਮ ਚੋ। ਹਾਂ ਬਿਲਕੁਲ ਸਹੀ ਗੱਲ ਹੈ, ਬਾਤ ਨਹੀਂ ਮੈਂ ਕੋਈ ਨਾ ਪਾ ਸੁਣਦੇ। ਹੋਰ ਵੇਖੋ ਵੀਡੀਓ, ਜੋ ਇੱਥੇ ਚੁਆਈ ਕਰ ਲਈ 3 ਟਾਈਮ ਕਰ ਲਈ 2 ਟਾਈਮ ਕਰ ਲਈ, ਉਹ ਫਿਰ ਅਗਲੇ ਗਾਰੰਟੀ ਹੋ ਗਈ। ਠੀਕ ਹੈ ਜੀ, ਚਲੋ ਕਰੀ ਸ਼ੁਰੂ ਵੀਰ ਜੀ ਫਿਰ। ਚਲੋ ਇਹਦੇ ਬਾਰੇ ਦੱਸੋ ਜੀ ਪਹਿਲਾਂ। ਇਹ ਜੀ ਦੂਜੇ ਸੋਏ ਜੀ। ਠੀਕ ਹੈ ਜੀ। ਇਹਨੂੰ ਸੂਈ ਨੂੰ 5 ਕ ਦੇਣੋਗੇ ਇਹਦੇ ਮਗਰ ਵਸ਼ਾ ਜੀ। ਠੀਕ ਹੈ ਜੀ। ਹਾਂਜੀ ਇਹਦੇ ਥੱਲੇ ਇਸ ਟਾਈਮ 13 14 ਕਿਲੋ ਹੋਗਾ, ਤੁਸੀਂ 13 ਕਿਲੋ ਲਾਓ। ਠੀਕ 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 ਹੈ ਜੀ। ਹਾਂਜੀ ਤੇ ਬੱਚਾ ਮਗਰ ਕੀ ਆ ਗਿਆ ਵੀਰ ਜੀ? ਬੱਚਾ ਮਗਰ ਵਸ਼ਾ ਹੈ ਇਹਦੇ। ਵਸ਼ਾ ਆ ਗਿਆ। ਹਾਂਜੀ ਠੀਕ ਹੈ, ਚਲੋ ਵੀਰ ਜੀ ਖੋਲੋ ਜੀ, ਦਿਖਾਈਏ ਵੀਰ, ਲਓ ਵੀਰ ਜੀ ਦੇਖੋ। ਤੇ ਵੀਰ ਜੀ ਸਵੇਰ ਜਵਾਈ ਤੁਸੀਂ ਕਿੰਨੇ ਵਜੇ ਕੀਤੀ ਜੀ? ਸਵੇਰ ਆਪਣਾ 5 ਵਜੇ ਦਾ ਟਾਈਮ। 5 ਵਜੇ ਟਾਈਮ ਹੈ ਜੀ ਵੀਰ, ਉਹਨਾਂ ਤੇ 12 ਵਜ ਚੁੱਕੇ ਜੀ। ਆ ਦੇਖੋ ਜਾਡਰ ਦੇਖੋ। ਤੇ ਵੀਰ ਜੀ ਇਹਦੀ ਵਧਣੀ ਕੋਈ ਸੰਭਾਵਨਾ ਜੀ ਹੋਰ? ਹਾਂਜੀ ਵਧੂਗੀ ਜੀ, ਹਜੇ ਵਧੂਗੀ ਜੀ। ਹਾਂ ਉਹ ਤਾਂ ਕਰੂਗੀ 1500 ਆ। ਦੇਖੋ ਜੀ ਬਹੁਤ ਸੋਹਣੀ ਵੈੜ ਹੈ ਜੀ। ਤੇ ਦੰਦਾਂ ਵਿੱਚ ਵੀਰ ਜੀ ਇਹ? ਨਹੀਂ ਦੰਦਾਂ ਵਿੱਚ, ਦੰਦਾਂ ਜਵਾਨ ਹੀ ਹੋ ਚੁੱਕੀ ਹੈ। ਲਓ ਜੀ ਜੀ ਦੂਜੇ ਸੁਣੇ ਆ ਜੀ। ਠੀਕ ਹੈ ਜੀ, ਆ ਦੇਖੋ ਜੀ, ਆ ਦੇਖੋ ਆਡਰ ਦੇਖੋ ਜੀ, ਆਡਰ ਬਹੁਤ ਸੋਹਣਾ ਜੀ। ਆ ਦੇ ਠੀਕ ਹੈ ਜੀ। ਤੇ ਵੀਰ ਜੀ ਦੀ ਕੀਮਤ ਕੀ ਹੈ ਜੀ? ਵੀਰ ਜੀ ਦੀ ਕੀਮਤ ਜੀ ਚਾਹੇ 45 ਕਰੀਏ 46 ਕਰੀਏ, ਮੁੱਲ ਜੋ ਮਰਜ਼ੀ ਕਰੀਏ ਜੀ। ਹਾਂਜੀ ਇਹ 40000 ਦੀ ਦਾ। 40000 ਦੀ ਨਹੀਂ ਹੈ। ਹਾਂਜੀ ਠੀਕ ਹੈ, ਇਹਦੇ ਕੋਈ ਮੌਕੇ ਮੌਕੇ ਤੇ ਥੋੜੀ ਬੋਰੀ ਕੋ ਜਾਏ, ਮੌਕੇ ਤੇ ਥੋੜਾ ਬੋਤਾ ਮਾਨਤਾਨ ਕਰਾਂਗੇ। ਮਾਨਤਾਨ ਜ਼ਰੂਰ ਕਰੇ। ਠੀਕ ਹੈ ਜੀ, ਚਲੋ 2 ਨੰਬਰ ਤੇ ਆ ਗਏ ਵੀਰ ਜੀ। ਇਹਦੇ ਬਾਰੇ ਦੱਸੋ ਜੀ। ਇਹ ਜਰਸੀ ਹੈ ਜੀ। ਠੀਕ ਹੈ ਜੀ। ਹਾਂਜੀ ਇਹ ਕੱਲ ਦੀ ਸੂਈ ਹੈ ਜੀ, ਸ਼ਾਮ ਦੀ ਕੱਲ ਦੀ। ਠੀਕ ਹੈ ਜੀ, ਠੀਕ ਹੈ। ਹਾਂਜੀ ਇਹਦੇ ਮਗਰ ਵੀ ਵੱਛਾ ਜੀ, ਇਹਨੇ ਮਗਰ ਵੱਛਾ ਹੀ ਹੈ। ਇਸ ਟਾਈਮ 6-7 ਕਿਲੋ ਬੋਲਾ, 7 ਕਿਲੋ ਬੋਲਾ ਹੀ ਹੋ ਗਿਆ। 7 ਕਿਲੋ ਬੋਲਾ ਹੀ ਹੈ। ਠੀਕ ਤੇ ਵੀਰ ਜੀ ਦੀ ਚਮੜੀ ਜੀ ਕਿਸ ਤਰ੍ਹਾਂ ਹੋਈ ਪਈ ਹੈ? ਇਹ ਇਸ ਤਰ੍ਹਾਂ ਹੀ ਹੈ, ਗੋਹਾ ਗਾਵਾ ਲੱਗਾ ਇਹ ਨਵਾਈ ਨੂੰ ਵੀ ਪਹਿਲਿਆਂ ਨੇ ਆਪਾਂ ਨੂੰ, ਤੇ ਇਦਾਂ ਹੀ ਵਾਲ ਝੜੇਸ ਕਰਕੇ। ਠੀਕ ਹੈ, ਚਲੋ ਵੀਰ ਜੀ ਨੂੰ ਖੋਲੋ ਜੀ। ਚਲੋ ਵੀਰ ਜੀ ਆ ਵੀ ਦੇਖੋ ਜੀ, ਆ ਦੇਖੋ ਵੀਰ ਜੀ, ਇਹ ਵੀ ਐਡ ਬਹੁਤ ਚੰਗੀ ਹੈ ਜੀ। ਆਰਡਰ ਦੇਖੋ ਜੀ, ਆ ਦੇਖੋ ਤੇ ਵੀਰ ਜੀ ਇਹਦੀ ਕੀਮਤ ਕੀ ਹੈ ਜੀ? ਇਹਦੀ ਕੀਮਤ ਹੈ 30 ਕਰੀਏ 32 ਕਰੀਏ ਜੋ ਮਰਜ਼ੀ ਮੁੱਲ ਕਰੀਏ ਜੀ। ਹਾਂਜੀ 24000 ਦੀ ਦਵਾਂਗੇ। ਇਹ 24000 ਦੇਣੀ ਹੈ। ਤੇ ਦੁੱਧ ਇਸ ਟਾਈਮ ਤੁਸੀਂ ਕਿੰਨੇ ਦੱਸਿਆ? ਇਸ ਟਾਈਮ 7 ਕਿਲੋ ਦੁੱਧ, 11 12 ਕਿਲੋ ਕਰੂਗੀ ਜੀ। 7 ਕਿਲੋ ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ ਦਾ ਜੀ। ਠੀਕ ਹੈ ਜੀ, ਇਹਦੇ ਬਾਰੇ ਦੱਸੋ ਜੀ। ਇਹ ਦੂਜੇ ਸੂਏ ਵੈਡ ਆ ਜੀ। ਠੀਕ ਹੈ ਜੀ, ਮੂੰਹ ਦੀ 6 ਦੰਦ ਆ ਜੀ। ਠੀਕ ਹੈ ਜੀ, ਇਹਨੂੰ ਸੂਈ ਨੂੰ 8 ਦਿਨ ਹੋ ਗਏ ਜੀ ਇਹਦੇ ਮਗਰ ਵੱਛਾ। ਵੱਛਾ ਜੀ, ਇਸ ਟਾਈਮ 10 11 ਕਿਲੋ ਦੁੱਧ ਹੋਊਗਾ ਤੇ 10 ਕਿਲੋ ਦੁੱਧ ਇਸ ਟਾਈਮ ਮੇਰੇ ਕੋਲ ਤਿਆਰ ਆ। 10 ਕਿਲੋ ਮੰਨੀ ਆ। ਹਾਂਜੀ ਚਲੋ ਵੀਰ ਜੀ ਵੀ ਖੋਲੋ, ਤੇ ਵੀਰ ਜੀ ਵੀ ਦੇਖੋ ਇੱਕ ਰੋ ਸਟੈਪ ਤੇ ਚੁਆਈ ਜੀ। ਵੀਰ ਜੀ ਬਿਲਕੁਲ ਸਹੀ ਹੈ ਜੀ। ਹਾਂਜੀ ਹਾਂਜੀ ਚੁਆਈ ਹੈ ਜੀ। ਲਓ ਵੀਰ ਜੀ ਦੇਖੋ ਜੀ, ਇਹ ਵੀ ਬੈਡ ਬਹੁਤ ਚੰਗੀ ਹੈ ਜੀ। ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਵੀਰ ਨਾਲ ਬਹੁਤ ਹੀ ਜ਼ਿਆਦਾ ਘੱਟ ਰੇਟ ਹੁੰਦਾ ਜੀ, ਤੇ ਵਧੀਆ ਗਾਈਆਂ ਹੁੰਦੀਆਂ। ਆ ਦੇਖੋ ਜੀ, ਆ ਦੇਖੋ
ਤੇ ਦੀਦੀ ਦੀ ਕੀਮਤ ਕੀ ਹੈ ਜੀ? ਇਹਦੀ ਕੀਮਤ ਹੈ 35 ਕਰੀਏ 34 ਕਰੀਏ ਜੋ ਮਰਜ਼ੀ ਮੁੱਲ ਕਰੀਏ ਜੀ। ਹਾਂਜੀ 28000 ਦੀ ਦਾਮ 28000 ਦੀ ਨਹੀਂ। ਹਾਂਜੀ 10 ਕਿਲੋ ਦੁੱਧ ਬਣੀ ਹੈ। 10 ਕਿਲੋ ਦੁੱਧ ਹੈ ਜੀ। ਬਾ ਠੀਕ ਹੈ ਜੀ। ਇਹਦੇ ਬਾਰੇ ਦੱਸੋ, ਇਹ ਗੱਬੜ ਹੈ ਜੀ? ਨਹੀਂ ਜੀ, ਇਹ ਵੀ ਸੂਈ ਹੈ ਜੀ। ਇਹ ਵੀ ਸੂਈ ਆ। ਇਹਨੂੰ ਮਹੀਨਾ ਇਹਦੀ ਸੂਈ ਹੈ ਜੀ। ਅੱਛਾ ਜੀ। ਤੇ ਇਹਦੇ ਮਗਰ ਮੱਛਾ ਹੈ ਜੀ। ਮੱਛਾ ਹੀ ਹੈ ਜੀ। ਹਾਂਜੀ ਹਾਂਜੀ। ਤੇ ਇਹਦੇ ਤੋਂ ਦੁੱਧ ਐਸਟੀਮ ਤਿਆਰ ਕਰਨੇ ਵੀ ਇਹਦੇ ਕੋਲ 7 ਕਿਲੋ ਦੁੱਧ ਆਈ ਆ। 7 ਲੀਟਰ ਦੁੱਧ ਆ। ਹਾਂਜੀ 7 ਲੀਟਰ ਦੁੱਧ। ਤੇ ਵੀ ਜੇ ਵੀ ਖੋਲੋ, ਇਹ ਵੀ ਦਿਖਾਈਏ ਲਓ ਵੀ ਜੀ ਦੇਖੋ। ਇਹ ਚੰਗੇ ਗਾਈਆਂ ਵੀਰ ਹੋਣਾਂ ਕੋਲ ਜੀ। ਆ ਇੱਕ ਮਹੀਨਾ ਹੋ ਗਿਆ ਸੂਈ ਇਹਨੂੰ। ਆ ਦੇਖੋ ਬਹੁਤ ਹੀ ਜ਼ਿਆਦਾ ਘੱਟ ਰੇਟ ਲਗਾਈਆਂ ਵੀਰ ਉਹਨਾਂ ਕੋਲੋਂ। ਠੀਕ ਹੈ, ਚੰਗੇ ਐਨੀਮਲ ਹੁੰਦੇ ਬਿਲਕੁਲ ਵਧੀਆ ਨੋਰਮਲ ਰੇਟ ਤੇ। ਠੀਕ ਹੈ ਜੀ, ਆ ਦੇਖੋ ਜੀ। ਤੇ ਚਲੋ ਵੀਰ ਜੀ, ਤੁਸੀਂ ਐਂ ਕਰੋ ਆਪਣਾ ਐਡਰੈਸ ਫਿਰ ਕਰੀ ਬੋਲੋ ਜੀ। ਚਲੋ ਵੀਰ ਜੀ, ਜਿਸ ਤਰ੍ਹਾਂ ਤੁਹਾਡੀ ਗੱਲਬਾਤ ਕਰ ਲਿਆ। ਠੀਕ ਹੈ ਜੀ, ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।